से कूड़े कहन कहान। जिदे विच पातशाह ने बड़े अदब दे नाल सत्कार दे नाल सानूं समझाया कि जिन्हां ने प्रभु परमात्मा दा नाम विसारता ना ਉਹ ਕੂੜਦਾ ਵਣਜ ਕਰਨ ਲੱਗ ਜਾਂਦੇ। ਕੁਦਰਤੀ ਸੁਭਾਅ ਵੀ ਉਹਨਾਂ ਦੀ ਜ਼ਿੰਦਗੀ ਜਿਹੀ ਬਣ ਜਾਂਦੀ ਆ ਵੀ ਉਹ ਦਿਨ ਰਾਤ ਹਮੇਸ਼ਾ ਹਰ ਟਾਈਮ ਹਰ ਸਮੇਂ ਦੇ ਵਿੱਚ ਕੂੜਦਾ ਧੰਦਾ ਕਰਦੇ ਨੇ। ਤੇ ਕੂੜਦਾ ਧੰਦਾ ਕੀ ਹੈ? ਹੁਣ ਇੱਕ ਤਾਂ ਦੁਨਿਆਵੀ ਤਲ ਤੇ ਆਪਾਂ ਕਹਿ ਦਿੰਦੇ ਹਾਂ ਵੀ ਫਲਾਨਾ ਬੰਦਾ ਤਾਂ ਜਰ ਜਮੇ ਗਿਰ ਗਿਆ, ਨਕੰਮੇ ਕੰਮਾਂ ਚ ਪੈ ਗਿਆ, ਕੂੜੇ ਕੰਮਾਂ ਚ ਪੈ ਗਿਆ। ਉਹਦਾ ਮਤਲਬ ਕੀ ਹੈ? ਬੰਦਾ ਬਲੈਕੀਆ ਬਣ ਗਿਆ, ਨਸ਼ਾ ਵੇਚਣ ਲੱਗ ਗਿਆ, ਪੁੱਕੀ ਅਫੀਮ ਸ਼ਰਾਬ ਸਮੈਕ ਚਿੱਟਾ ਡਰੱਗਸ ਦੇ ਜਿੰਨੇ ਵੀ ਨਸ਼ੇ ਨੇ ਤੇ ਉਹਨੂੰ ਸਿਆਣਾ ਬੰਦਾ ਪਰਿਵਾਰ ਵਾਲਾ ਗ੍ਰਸਤੀ ਬੰਦਾ ਕਹਿੰਦਾ ਕੂੜੇ ਕੰਮ ਕਰਦਾ। ਉਹ ਇਕੱਲੇ ਨਸ਼ੇ ਨਹੀਂ ਵੇਚਦਾ, ਨਸ਼ੇ ਕਰਦਾ ਵੀ। ਉਹ ਇਕੱਲੇ ਨਸ਼ੇ ਨਹੀਂ ਕਰਦਾ, ਉਹ ਇੱਜ਼ਤ ਤੋਂ ਵੀ ਗਿਰ ਗਿਆ। ਜਿਹੜਾ ਇੱਜ਼ਤ ਤੋਂ ਗਿਰ ਗਿਆ, ਨਸ਼ਈ ਹੋ ਗਿਆ, ਬਲੈਕੀਆ ਬਣ ਗਿਆ, ਝੂਠ ਦਾ ਆਦੀ ਹੋ ਗਿਆ, ਠੱਗੀਆਂ ਦਾ ਆਦੀ ਹੋ ਗਿਆ, ਮਿਹਨਤ ਦੀ ਕਮਾਈ ਛੱਡ ਗਿਆ ਤੇ ਦੋ ਨੰਬਰ ਦੀ ਕਮਾਈ ਦਾ ਉਹਨੂੰ ਪੁੱਠੇ ਕੰਮਾਂ ਦਾ ਰਸ ਪੈ ਗਿਆ। ਸਾਡੀ ਦੁਨੀਆਂ ਦੀ ਨਿਗਾਹ 'ਚ ਜੇ ਉਹ ਕੂੜਦਾ ਵਪਾਰੀ ਆ ਨਾ ਤੇ ਗੁਰੂ ਦੀ ਨਿਗਾਹ 'ਚ ਵੀ ਆ। ਉਸੇ ਨੂੰ ਕਿਹਾ ਪਾਤਸ਼ਾਹ ਨੇ ਸੇ ਕੂੜੇ ਕਹਿਣ ਕਹਾਨ। ਉਹ ਕੰਮ ਵੀ ਕੂੜਦਾ ਕਰਦਾ ਤੇ ਬੋਲਦਾ ਵੀ ਕੂੜੀ ਝੂਠ ਹਰ ਵਕਤ। ਕਿੱਧਰੋਂ ਆਇਆ, ਕਿੱਧਰ ਜਾਣਾ, ਕੀ ਕਰਨਾ ਕੀ ਨਹੀਂ ਕਰਨਾ, ਹਮੇਸ਼ਾ ਜ਼ਿੰਦਗੀ 'ਚ ਝੂਠ ਦਾ ਜਿਹੜਾ ਦਿਨੋਂ ਦਿਨ ਪ੍ਰਭਾਵ ਆ ਵੱਧ ਜਾਂਦਾ ਗਾ। ਆਹ ਨਹੀਂ ਕੂੜਦੇ ਗਾ, ਮਾੜਾ ਵੇਖਣਾ, ਮਾੜਾ ਬੋਲਣਾ, ਮਾੜਾ ਸੁਣਨਾ, ਮਾੜਾ ਖਾਣਾ, ਮਾੜਾ ਪਹਿਨਣਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਸੁੱਤਾ ਤਨ ਪੀੜੀ ਹੈ, ਸੌਣ ਦੀ ਗੱਲ ਕੀਤੀ ਹੈ, ਖਾਣ ਦੀ ਗੱਲ ਕੀਤੀ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਇਹ ਸਾਰਾ ਕੀ ਹੈ? ਪਾਤਸ਼ਾਹ ਕਹਿੰਦੇ ਨਾਸਵੰਤ ਪਦਾਰਥਾਂ ਦੇ ਬੰਨ ਨੂੰ ਬੰਨਣੇ ਆ। ਬਹੁਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਅੱਖ ਖੋਲ ਕੇ ਕਦੇ ਵੇਖੀ ਨੀ, ਮੇਰੀ ਜ਼ਿੰਦਗੀ ਰੂਪੀ ਉਮਰ ਆ ਇਹ ਨਦੀ, ਇਹ ਪਾਣੀ ਸਵਾਸਾਂ ਦਾ ਬਹਿ ਰਿਹਾ ਗਾ, ਮੁੱਕ ਰਿਹਾ, ਘਟਦਾ ਜਾ ਰਿਹਾ, ਮੁੜ ਨਹੀਂ ਮਿਲਣਾ। ਬਹੁਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿੱਥਿਆ ਮੋਹ ਬੰਧਾ ਨਿਤ ਭਾਰਚ। ਆ ਬੰਨ ਬੰਨਦਾ, ਇਹ ਨੇ ਕੂੜ ਦੇ ਕੰਮ, ਝੂਠ ਦੇ ਕੰਮ। ਤੇ ਫਿਰ ਪਾਤਸ਼ਾਹ ਨੇ ਅੱਗੇ ਸਾਨੂੰ ਬਾਣੀ ਚ ਕੀ ਸਮਝਾਇਆ? ਕਹਿੰਦੇ ਜਿਹੜੇ ਫਿਰ ਇਹਨਾਂ ਕੰਮਾਂ ਨੂੰ ਛੱਡ ਗਏ ਤੇ ਗੁਰੂ ਆਸਰੇ ਜ਼ਿੰਦਗੀ ਜਿਉਣ ਲੱਗ ਗਏ। ਕਿਉਂਕਿ ਕੋਈ ਵੀ ਕਿਸੇ ਤਰ੍ਹਾਂ ਦੀ ਆਦਤ ਛੱਡਣੀ ਬਹੁਤ ਔਖੀ ਆ, ਤੁਹਾਨੂੰ ਸਭ ਨੂੰ ਪਤਾ। ਭੂਮੀਏ ਚੋਰ ਨੇ ਚੋਰੀਆਂ ਛੱਡ ਤਾਂ ਦਿੱਤੀਆਂ, ਪਰ ਉਹ ਆਦਤ ਉਹਦੇ ਖੂਨ 'ਚ ਸੀ। ਪਾਤਸ਼ਾਹ, ਮੇਰਾ ਦਾਦਾ, ਮੇਰਾ ਪਿਓ, ਮੈਂ ਸਾਰੇ ਅਸੀਂ ਤਾਂ ਮੁੱਢ ਤੋਂ ਪਿਛੋਕੜਾ ਸਾਡਾ ਚੋਰੀਆਂ ਦੇ ਹੀ ਕੀਤਾ ਗਾ, ਇਹ ਆਦਤ ਮੈਂ ਛੱਡ ਨਹੀਂ ਸਕਦਾ। ਪਰ ਵਾਹਿਗੁਰੂ ਭਲਾ ਕਰੇ ਜਿਨ੍ਹਾਂ ਤੇ ਮਾਲਕ ਦੀ ਨਿਗਾਹ ਹੋ ਜਾਵੇ, ਨਾਨਕ ਨਦਰੀ ਨਦਰ ਨਿਹਾਲ। ਫਿਰ ਗੁਰੂ ਪਾਤਸ਼ਾਹ ਨੇ ਐਸਾ ਮੰਤਰ ਦਿੱਤਾ, ਐਸਾ ਉਪਦੇਸ਼ ਦਿੱਤਾ, ਜਿਸ ਉਪਦੇਸ਼ ਦੇ ਸਦਕਾ ਭੂਮੀਆਂ ਚੋਰੀਆਂ ਛੱਡ ਗਿਆ। ਗੁਰੂ ਪਾਤਸ਼ਾਹ ਨੇ ਕਿਹਾ ਨੀ ਉਹਨੂੰ ਵੀ ਚੋਰੀਆਂ ਛੱਡ ਦੇ, ਬਸ ਉਪਦੇਸ਼ ਹੀ ਏਦਾਂ ਦਾ ਦਿੱਤਾ। ਉਹ ਤਾਂ ਕਹਿ ਰਿਹਾ ਦਾਤਿਆ ਤਾਂ ਮੇਰੇ ਖੂਨ ਦੇ ਵਿੱਚ ਆ, ਛੱਡਣੀ ਔਖੀ ਆ।
ਇਵੇਂ ਜਿਵੇਂ ਮਾੜੇ ਕੰਮ ਸਾਨੂੰ ਛੱਡਣੇ ਔਖੇ, ਝੂਠ ਬੋਲਣਾ, ਨਿੰਦਾ ਕਰਨੀ, ਚੋਰੀਆਂ, ਧੋਖਾ, ਬੇਈਮਾਨੀਆਂ, ਇਹ ਛੱਡਣੀਆਂ ਔਖੀਆਂ, ਇਹ ਨਸ਼ਾ। ਪਰ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਕਹਿੰਦੇ ਨੇ, ਫਿਰ ਜਿਨ੍ਹਾਂ ਤੇ ਮਾਲਕ ਦੀ ਬਖਸ਼ਿਸ਼ ਹੋ ਜੇ ਉਸ ਗੁਰੂ ਦੀ ਨਿਗਾਹ ਪੈ ਜਾਏ। ਨਾਨਕ ਨਦਰੀ ਨਦਰ ਨਿਹਾਲ ਉਤਾਰ ਦਿੰਦਾ। ਇਹ ਵੀ ਬਾਣੀ ਚ ਲਿਖਿਆ ਨਾ, ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾ ਕਰਾਏ ਦਾ। ਜੇ ਉਹਨੇ ਨਦਰ ਪੁੱਠੀ ਕਰ ਲਈ, ਮਤਲਬ ਗੁਰੂ ਦੀ ਨਿਗਾਹ ਸਾਡੇ ਤੇ ਨਾ ਪਈ ਤੇ ਫਿਰ ਸਾਡਾ ਜੀਵਨ ਬਰਬਾਦ। ਤੇ ਜੇ ਗੁਰੂ ਦੀ ਨਿਗਾਹ ਪੈ ਜਾ